ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਆਪਣੇ ਸਮਝ 'ਤੇ। ਔਰ ਹਰ ਵਾਰ ਦੀ ਤਰ੍ਹਾਂ ਇੱਕ ਵਾਰ ਫਿਰ ਤੋਂ ਕਨੇਡਾ ਜਾਣ ਵਾਲੇ ਬੱਚਿਆਂ ਲਈ ਜਾਣਕਾਰੀ ਦੇ ਲਈ ਅਸੀਂ ਖਾਸ ਤੌਰ 'ਤੇ ਇਹ ਪ੍ਰੋਗਰਾਮ ਲੈ ਕੇ ਆਏ ਹਾਂ। ਔਰ ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਉਹਨਾਂ ਬੱਚਿਆਂ ਨੂੰ ਜਾਗਰੂਕ ਕਰਦੇ ਹਾਂ ਜਿਹੜੇ ਕਨੇਡਾ ਦੇ ਵੱਖ ਵੱਖ ਪ੍ਰੋਵਿੰਸਿਸ ਦੇ ਵਿੱਚ ਪੜ੍ਹਾਈ ਵੀਜ਼ੇ ਲੈ ਜਾਣਾ ਚਾਹੁੰਦੇ ਨੇ। ਅੱਜ ਕਿਊਬੈਕ ਬਾਰੇ ਗੱਲ ਕਰਾਂਗੇ, ਅੱਜ ਉਸ ਕਾਲਜ ਬਾਰੇ ਗੱਲਬਾਤ ਕਰਾਂਗੇ ਜਿਹਨੇ ਪੰਜਾਬ ਦੇ ਵਿੱਚ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਨੂੰ ਆਪਣੀ ਰਿਪ੍ਰੈਜੈਂਟੇਸ਼ਨ ਦਿੱਤੀ ਹੈ। ਇਹ ਰਿਪ੍ਰੈਜੈਂਟੇਸ਼ਨ ਦੇਣ ਦਾ ਕਾਰਨ ਕੀ ਹੈ? ਹੁਣ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਅਗਰ ਇਸ ਪਰਟੀਕੁਲਰ ਕਾਲਜ ਦੇ ਵਿੱਚ ਜੇ ਕੋਈ ਬੱਚਾ ਜਾਣਾ ਚਾਹੁੰਦਾ ਹੈ ਉਹਦੀ ਡਾਇਰੈਕਟ ਐਡਮਿਸ਼ਨ ਕਰਾਊਗਾ। ਡਾਇਰੈਕਟ ਆਫਰ ਲੈਟਰ ਨਹੀਂ, ਡਾਇਰੈਕਟ ਲੈਟਰ ਆਫ ਐਕਸੈਪਟੈਂਸ ਦੇਗਾ, LOA ਦੇਗਾ ਮੌਕੇ 'ਤੇ ਜਦੋਂ ਤੁਸੀਂ ਅਪਲਾਈ ਕਰਨਾ ਹੁੰਦੇ ਹੋ। ਸਭ ਤੋਂ ਵੱਡੀ ਗੱਲ ਹੈ, ਜੇਕਰ ਤੁਸੀਂ ਇਸ ਪਰਟੀਕੁਲਰ ਕਾਲਜ ਦੇ ਵਿੱਚ ਪੜ੍ਹਾਈ ਕਰਨ ਜਾਣਾ ਹੈ ਤਾਂ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਕੰਪਨੀ ਫੀਸ ਦੇਣ ਦੀ ਲੋੜ ਨਹੀਂ ਹੈ, ਨਾ ਕੋਈ ਐਡਵਾਂਸ ਅਤੇ ਨਾ ਕੋਈ ਵੀਜ਼ੇ ਤੋਂ ਬਾਅਦ। ਤੁਸੀਂ ਸਮਝ ਗਏ ਹੋਵੋਗੇ, ਪੰਜਾਬ ਦੇ ਵਿੱਚ ਕਿਸੇ ਵੀ ਏਜੰਟ ਕੋਲ ਅਪਲਾਈ ਕਰਦੇ ਹੋ, ਕੋਈ 10,000 ਕੰਪਨੀ ਫੀਸ ਮੰਗ ਰਿਹਾ, ਕੋਈ 15,000 ਮੰਗ ਰਿਹਾ, ਕੋਈ ਵੀਜ਼ੇ ਤੋਂ ਬਾਅਦ 50,000 ਮੰਗ ਰਿਹਾ, ਕੋਈ ਲੱਖ ਰੁਪਏ ਮੰਗ ਰਿਹਾ, ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਕੋਲ ਆਓਗੇ ਅਤੇ ਇਸ ਕਾਲਜ ਪਰਟੀਕੁਲਰ ਅਪਲਾਈ ਕਰਨ 'ਤੇ ਬਿਫੋਰ ਵੀਜ਼ਾ ਕੋਈ ਫੀਸ ਨਹੀਂ ਦੇਣੀ ਅਤੇ ਨਾ ਹੀ ਵੀਜ਼ਾ ਲੱਗਣ ਤੋਂ ਬਾਅਦ ਕੋਈ ਫੀਸ ਦੇਣੀ ਹੈ। ਸਿਰਫ ਔਰ ਸਿਰਫ ਤੁਸੀਂ ਆਪਣੀ ਕਾਲਜ ਦੀ ਫੀਸ ਟ੍ਰਾਂਸਫਰ ਕਰਨੀ ਹੈ, ਉਹ ਵੀ ਤੁਸੀਂ ਖੁਦ ਕਰ ਸਕਦੇ ਹੋ। ਸਵਾਗਤ ਕਰ ਲੈਂਦੇ ਹਾਂ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਤੋਂ ਜੀਪੀ ਸਿੰਘ ਹੋਣਾ ਦਾ, ਔਰ ਪਰਟੀਕੁਲਰ ਇਸ ਕਾਲਜ ਬਾਰੇ ਜਾਣਕਾਰੀ ਲੈਂਦੇ ਕਿ ਕਿਹੜਾ ਕਾਲਜ ਆ, ਕਿੱਥੇ ਲੋਕੇਟਿਡ ਹੈ, ਕਿਹੜੇ ਕਿਹੜੇ ਕੋਰਸਿਸ ਨੇ, ਕਿਹੜੇ ਕਿਹੜੇ ਪ੍ਰੋਫਾਈਲ ਵਾਲੇ ਬੱਚੇ ਅਪਲਾਈ ਕਰ ਸਕਦੇ ਨੇ, ਕੀ ਖਾਸ ਬੱਚਿਆਂ ਨੂੰ ਅਟਰੈਕਟ ਕਰਨ ਲਈ ਇਸ ਕਾਲਜ ਵੱਲੋਂ ਜਿਹੜੀ ਆ ਸਕਾਲਰਸ਼ਿਪਸ ਦਿੱਤੇ ਜਾ ਰਹੇ ਨੇ ਪੰਜਾਬ ਦੇ ਬੱਚਿਆਂ ਦੇ ਲਈ। ਸਵਾਗਤ ਕਰ ਰਹੇ ਨੇ ਜੀਪੀ ਸਿੰਘ ਹੋਣਾ ਦਾ। ਜੀਪੀ ਜੀ, ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਵੱਲੋਂ ਅਤੇ ਕੈਨੇਡਾ ਕਾਲਜ ਵੱਲੋਂ ਇਸ ਪ੍ਰੋਗਰਾਮ ਨੂੰ ਦੇਖ ਰਹੇ ਤਮਾਮ ਦਰਸ਼ਕਾਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਦਿਹਾੜਾ ਹੈਗਾ ਅਤੇ ਇਸ ਦਿਹਾੜੇ 'ਤੇ ਵੀ ਤੁਹਾਨੂੰ ਲੱਖ ਲੱਖ ਵਧਾਈ ਜੀ। ਸੋ ਹੁਣੇ ਤੁਸੀਂ ਆਪਣੇ ਸਵਾਗਤੀ ਨੋਟ ਦੇ ਵਿੱਚ ਕਹਿ ਦਿੱਤਾ ਕਿ ਕੈਨੇਡਾ ਕਾਲਜ ਵੱਲੋਂ ਸਾਰੇ ਦਰਸ਼ਕਾਂ ਨੂੰ ਸਵਾਗਤ, ਦੈਟ ਮੀਨਸ ਤੁਸੀਂ ਕੈਨੇਡਾ ਕਾਲਜ ਨੂੰ ਰਿਪ੍ਰੈਜੈਂਟ ਕਰੋਗੇ ਅੱਜ ਜੀ। ਕੈਨੇਡਾ ਕਾਲਜ ਜੋ ਕਿ ਕਿਊਬੈਕ ਦੇ ਵਿੱਚ ਹੈ, ਇਹ ਥੋੜ੍ਹੇ ਜਿਹੇ ਇਨਫਰਾਸਟ੍ਰਕਚਰ ਬਾਰੇ ਗੱਲ ਕਰ ਲਈਏ, ਇਹਦੇ ਵਿੱਚ ਬੱਚਿਆਂ ਬਾਰੇ ਗੱਲ ਕਰ ਲਈਏ, ਕਿੰਨੇ ਕੁ ਬੱਚੇ ਪੜ੍ਹਦੇ ਨੇ ਪੰਜਾਬ ਤੋਂ, ਕਿੰਨੇ ਕੁ ਬੱਚੇ ਜਾਂਦੇ ਨੇ, ਕਿਹੜੇ ਕਿਹੜੇ ਕੋਰਸਿਸ ਨੇ ਇਸ ਕਾਲਜ ਦੇ ਵਿੱਚ, ਅਤੇ ਪਰਟੀਕੁਲਰ ਇਸੇ ਕਾਲਜ ਨੂੰ ਅੱਜ ਪ੍ਰਮੋਟ ਕਰਨ ਲਈ ਕਿਉਂ ਆਪਾਂ ਸਮਝਦੇ ਆਏ ਹੋਏ? ਦੇਖੋ ਮਨੀਸ਼ ਜੀ, ਅੱਜ ਪੰਜਾਬ ਦੇ ਵਿੱਚੋਂ ਹਰ ਇੱਕ ਬੱਚਾ ਕੈਨੇਡਾ ਜਾਣਾ ਚਾਹੁੰਦਾ ਹੈਗਾ। ਸੋ ਜੇ ਮੈਂ ਗੱਲ ਕਰਾਂ ਆਪਣੇ ਕਾਲਜ ਕੈਨੇਡਾ ਕਾਲਜ ਦੀ, ਕੈਨੇਡਾ ਕਾਲਜ ਦੇ 3 ਕੈਂਪਸ ਹੈਗੇ ਆ, ਇੱਕ ਮੌਂਟਰੀਅਲ ਦੇ ਵਿੱਚ ਆ, ਦੂਸਰਾ ਵੈਨਕੂਵਰ ਅਤੇ ਤੀਸਰਾ ਟੋਰਾਂਟੋ। ਬਟ ਜਿਹੜਾ ਮੌਂਟਰੀਅਲ ਦੇ ਵਿੱਚ ਆ, ਸਿਰਫ ਉਹਦੇ ਵਿੱਚ ਹੀ ਵਰਕਿੰਗ ਰਾਈਟਸ ਜਿਹੜੇ ਆ ਬੱਚਿਆਂ ਨੂੰ ਮਿਲਦੇ ਹੈਗੇ ਆ। ਔਰ ਇਸ ਕੈਂਪਸ ਦੀ ਗੱਲ ਕਰਾਂ ਤਾਂ ਇਹ ਕਾਲਜ ਜਿਹੜਾ ਹੈਗਾ 44 ਸਾਲ ਪੁਰਾਣਾ ਹੈਗਾ। ਸੋ ਮਿਨਿਸਟਰੀ ਆਫ ਹਾਇਰ ਐਜੂਕੇਸ਼ਨ ਤੋਂ ਰਜਿਸਟਰਡ ਕਾਲਜ ਹੈ, ਇਹਦੇ ਸਾਰੇ ਪ੍ਰੋਗਰਾਮ ਜਿਹੜੇ ਹੈਗੇ ਮਿਨਿਸਟਰੀ ਆਫ ਹਾਇਰ ਐਜੂਕੇਸ਼ਨ ਤੋਂ ਅਪਰੂਵਡ ਪ੍ਰੋਗਰਾਮ ਨੇ। ਇਸ ਕਾਲਜ ਦੇ ਵਿੱਚ ਜਿਹੜੇ ਮੈਡੀਕਲ ਸਟਰੀਮ ਨਾਲ ਜੁੜੇ ਬੱਚੇ ਨੇ ਉਹ ਅਰਲੀ ਚਾਈਲਡਹੁੱਡ ਐਜੂਕੇਸ਼ਨ ਦਾ ਪ੍ਰੋਗਰਾਮ ਲੈ ਕੇ ਜਾ ਸਕਦੇ ਆ। ਨੌਨ ਮੈਡੀਕਲ ਵਾਲੇ ਬੱਚੇ ਡਾਟਾਬੇਸ ਐਡਮਿਨਿਸਟ੍ਰੇਸ਼ਨ ਦਾ ਪ੍ਰੋਗਰਾਮ ਲੈ ਕੇ ਜਾ ਸਕਦੇ ਅਤੇ ਕਮਰਸ ਵਾਲੇ ਬੱਚੇ ਬਿਜ਼ਨਸ ਦਾ ਪ੍ਰੋਗਰਾਮ ਲੈ ਕੇ ਜਾ ਸਕਦੇ ਆ। ਸੋ ਕੈਨੇਡਾ ਕਾਲਜ ਦੀ ਖਾਸੀਅਤ ਕੀ ਹੈਗੀ ਹੈ, ਕੈਨੇਡਾ ਕਾਲਜ ਬਾਕੀ ਕਾਲਜਾਂ ਦੇ ਮੁਕਾਬਲੇ ਕਿਉਂ ਵਧੀਆ ਹੈਗਾ? ਸਭ ਤੋਂ ਪਹਿਲਾਂ ਤਾਂ ਇਹਦਾ ਇਨਫਰਾਸਟ੍ਰਕਚਰ ਬਹੁਤ ਹੀ ਵਧੀਆ, ਦੂਸਰਾ ਪ੍ਰਾਈਮ ਲੋਕੇਸ਼ਨ ਦੇ ਵਿੱਚ ਹੈਗਾ, ਮੌਂਟਰੀਅਲ ਡਾਊਨ ਟਾਊਨ ਦੇ ਵਿੱਚ ਇਹਦਾ ਕੈਂਪਸ ਹੈਗਾ, ਔਰ ਤੀਸਰਾ ਫੀਸ, ਜਿੰਨੀ ਫੀਸ ਦੂਜੇ ਕਾਲਜਾਂ ਦੇ ਵਿੱਚ ਮਨੀਸ਼ ਜੀ 1 ਸਾਲ ਦੀ ਆ, ਓਨੀ ਹੀ ਫੀਸ ਇਸ ਕਾਲਜ ਦੇ ਵਿੱਚ 2 ਸਾਲ ਦੇ ਪ੍ਰੋਗਰਾਮ ਦੀ ਹੈਗੀ ਹੈ। ਯਾਨੀ ਕਿ ਸਿਰਫ 9.5 ਲੱਖ ਰੁਪਈਆ ਖਰਚ ਕਰਕੇ ਤੁਸੀਂ 2 ਸਾਲ ਦੀ ਸਟੱਡੀ ਕਰ ਸਕਦੇ ਹੋ। ਔਰ ਸਭ ਤੋਂ ਵੱਡੀ ਗੱਲ ਕੀ ਕਿ ਇਹ ਕਾਲਜ ਦੀ ਮੈਨੇਜਮੈਂਟ ਇੰਨੀ ਕੁ ਕੋਆਪਰੇਟ ਕਰਦੀ ਹੈਗੀ ਆ ਇੰਟਰਨੈਸ਼ਨਲ ਸਟੂਡੈਂਟ ਲਈ ਕਿ ਜੇਕਰ ਤੁਹਾਨੂੰ ਫਾਈਨੈਂਸ਼ਲੀ ਪ੍ਰੋਬਲਮ ਵੀ ਆ, ਕਿ ਮੰਨ ਲਓ ਤੁਸੀਂ ਦੇਖੋ SDS ਦੀ ਗਾਈਡਲਾਈਨ ਇਹ ਕਹਿੰਦੀ ਹੈ ਕਿ 1 ਸਾਲ ਦੀ ਫੀਸ ਪੇ ਕਰਨਾ ਕੰਪਲਸਰੀ ਹੈਗਾ। 1 ਸਾਲ ਦੀ ਫੀਸ ਦੀ ਗੱਲ ਕਰਾਂ ਤਾਂ 4.5 ਲੱਖ ਫੀਸ ਆ ਸਾਡੇ ਇਸ ਕਾਲਜ ਦੀ, ਜਿਹਦੇ ਵਿੱਚ ਤੁਸੀਂ ਪੇ ਕਰਕੇ ਤੁਸੀਂ ਜਾ ਸਕਦੇ ਹੋ। ਔਰ ਅਗਲੇ ਸਾਲ ਦੀ ਫੀਸ ਜਿਹੜੀ ਹੈਗੀ ਹੈ, ਚਾਹੇ ਤੁਹਾਡੀ ਜੇਬ 'ਚ $500 ਆ, $1,000 ਆ, ਜਾਂ ਜਿੰਨੇ ਵੀ ਤੁਹਾਡੇ ਪੋਕਟ ਅਲਾਓ ਕਰਦੀ, ਤੁਸੀਂ ਉਹਦੇ ਅਕੋਰਡਿੰਗਲੀ ਆਪਣਾ ਪਲਾਨ ਬਣਾ ਕੇ ਕਾਲਜ ਦੀ ਨੈਕਸਟ ਈਅਰ ਦੀ ਫੀਸ ਪੇ ਕਰ ਸਕਦੇ ਹੋ। ਜਿਵੇਂ ਇੱਥੇ ਕਿਸ਼ਤਾਂ ਦਿੰਦੇ, ਕਿਸ਼ਤਾਂ ਦੇ ਵਿੱਚ ਮੰਨ ਲਓ ਕਿ ਤੁਸੀਂ ਕੋਈ ਲੋਨ ਲੈ ਲਿਆ ਅਤੇ ਉਹਦੀ ਆਪਾਂ ਕਿਸ਼ਤ ਬਣ ਲਈ, ਕਿਸ਼ਤਾਂ ਦੇ ਵਿੱਚ ਤੁਸੀਂ ਆਪਣੀ ਫੀਸ ਪੇ ਕਰ ਸਕਦੇ ਹੋ। ਤੀਸਰਾ ਸਭ ਨੂੰ ਵੱਡਾ ਬੈਨੀਫਿਟ ਇੰਟਰਨੈਸ਼ਨਲ ਸਟੂਡੈਂਟ ਲਈ ਕਿ ਕਾਲਜ ਦੀ ਟੀਮ ਇੰਨਾ ਕੁ ਤੁਹਾਡੇ ਨਾਲ ਕੋਆਪਰੇਟ ਕਰਦੀ ਹੈ ਕਿ ਮੰਨ ਲਓ ਤੁਹਾਡੇ ਕੋਲ ਉੱਥੇ ਕਿਊਬਿਕ ਦੇ ਵਿੱਚ 4 ਦਿਨ ਦੀ ਜੌਬ ਮਿਲ ਗਈ, ਜੌਬ ਮਿਲੀ ਤੁਹਾਨੂੰ ਸੋਮਵਾਰ ਤੋਂ ਲੈ ਕੇ ਅਤੇ ਥਰਸਡੇ ਤੱਕ, ਠੀਕ ਹੈ, ਫਰਾਈਡੇ ਸੈਚਰਡੇ ਸੰਡੇ ਤੁਸੀਂ ਫ੍ਰੀ ਹੋ। ਹੁਣ 4 ਦਿਨ ਉਹ ਟਾਈਮ ਦੇ ਉੱਤੇ ਜੇ ਕਾਲਜ ਲੱਗਦਾ ਹੋਵੇ ਤਾਂ ਤੁਹਾਡਾ ਕੰਮ ਦਾ ਵੀ ਲੌਸ ਹੋਏਗਾ। ਸੋ ਸਾਡੇ ਇਸ ਕਾਲਜ ਦੇ ਵਿੱਚ ਦੋਸਤੋ ਆਉਣ ਦਾ ਫਾਇਦਾ ਕੀ ਹੈਗਾ? ਜੇਕਰ ਤੁਸੀਂ ਇਸ ਕੈਨੇਡਾ ਕਾਲਜ ਦੇ ਵਿੱਚ ਪੜ੍ਹਦੇ ਹੋ
ਤੇ ਜੇਕਰ ਤੁਹਾਨੂੰ ਕੈਨੇਡਾ ਦੇ ਵਿੱਚ ਪਹਿਲੇ 4 ਦਿਨ ਜੌਬ ਮਿਲਦੀ ਹੈ ਤੇ ਆਖਰਲੇ 3 ਦਿਨ ਤੁਸੀਂ ਫ੍ਰੀ ਹੋ ਤੁਸੀਂ ਵੀਕਐਂਡ ਕਲਾਸਾਂ ਵੀ ਲਵਾ ਸਕਦੇ ਹੋ ਈਵਨਿੰਗ ਵੀ ਲਗਵਾ ਸਕਦੇ ਤੇ ਮਾਰਨਿੰਗ ਵੀ ਯਾਨੀ ਕਿ ਹਫਤੇ ਦੇ ਵਿੱਚ ਸਿਰਫ ਤੁਸੀਂ 3 ਦਿਨ ਪੜ੍ਹਨਾ ਹੈ ਔਰ ਕਿਊਬਿਕ ਦੇ ਰੂਲ ਇਹ ਕਹਿੰਦੇ ਆ ਕਿ ਤੁਹਾਡੇ ਕੋਲ ਸਿਰਫ 1800 ਘੰਟੇ ਦੀ ਪੜ੍ਹਾਈ ਹੋਣੀ ਚਾਹੀਦੀ ਹੈ 1800 ਘੰਟੇ ਜਦੋਂ ਹੀ ਤੁਸੀਂ ਪੂਰੇ ਕਰ ਲਏ ਤੇ ਯੂ ਆਰ ਐਲੀਜੀਬਲ ਅਪਲਾਈ ਫੋਰ 3-year post study work permit यानी कि 1800 घंटे पढ़ के तुसी 3 साल दा work permit जेड़ा अप्लाई कर सकदे हो और दूसरा खुशी दी गल ए कि साडे इस कॉलेज दे जिन्ने भी प्रोग्राम हैगे ने ए मिनिस्ट्री ऑफ हायर एजुकेशन तो अप्रूव्ड ने और दूसरा ए सारे प्रोग्राम पीआर नु लीड करदे आ अर्ली चाइल्डहुड एजुकेशन प्रोग्राम दी गल करा ते कैटेगरी ए दे विच फॉल करदा हैगा ਤੁਸੀਂ ਗੂਗਲ ਦੇ ਵਿੱਚ ਵੀ ਜਾ ਕੇ ਸਰਚ ਕਰ ਲਓ ਕਿ ਜੇਕਰ ਬੱਚੇ ਨੇ ਅਰਲੀ ਚਾਈਲਡਹੁੱਡ ਐਜੂਕੇਸ਼ਨ ਦਾ ਪ੍ਰੋਗਰਾਮ ਕੀਤਾ ਤੇ ਉਹਦੇ ਲਈ ਜੌਬਸ ਕਿੱਥੇ-ਕਿੱਥੇ ਅਵੇਲੇਬਲ ਆ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਕਿ ਫੋਰਨ ਦੇ ਵਿੱਚ ਕੈਨੇਡਾ ਦੇ ਵਿੱਚ ਜਿਹੜੀ ਸਰਕਾਰ ਏ ਇਹ ਬੱਚਿਆਂ ਤੇ ਬਜ਼ੁਰਗਾਂ ਦੇ ਉੱਤੇ ਸਭ ਨੂੰ ਜ਼ਿਆਦਾ ਧਿਆਨ ਦਿੰਦੀ ਏ ਯਾਨੀ ਕਿ 올ਡ ਏਜ ਜਿਹੜੇ ਹੋਮ ਸੈਂਟਰ ਨੇ ਚਾਈਲਡ ਕੇਅਰ ਸੈਂਟਰ ਆ ਇੱਥੇ ਤੁਹਾਡੀਆਂ ਜੌਬਸ ਅਵੇਲੇਬਲ ਆ ਜਿਹੜਾ ਬੱਚਾ ਅਰਲੀ ਚਾਈਲਡਹੁੱਡ ਐਜੂਕੇਸ਼ਨ ਦਾ ਪ੍ਰੋਗਰਾਮ ਕਰਦਾ ਹੈਗਾ ਸੋ ਤੁਹਾਨੂੰ ਜੌਬ ਦੀ ਕੋਈ ਵੀ ਟੈਨਸ਼ਨ ਨਹੀਂ ਆ ਇਹ ਜਿਹੜੀ ਕੈਟਾਗਰੀ ਹੈਗੀ ਆ ਜਿਹੜੀ ਅਰਲੀ ਚਾਈਲਡਹੁੱਡ ਐਜੂਕੇਸ਼ਨ ਜਿਹੜਾ ਪ੍ਰੋਗਰਾਮ ਹੈਗਾ ਸੋ ਇਹ ਸ਼ਾਰਟ ਲਿਸਟਡ ਚੱਲ ਰਿਹਾ ਹੈਗਾ ਸਟੱਡੀ ਕਰਦਿਆਂ ਹੀ ਤੁਹਾਨੂੰ ਜੌਬ ਜਿਹੜੀ ਹੈਗੀ ਆ ਉਹ ਈਜ਼ੀਲੀ ਮਿਲ ਜਾਏਗੀ ਔਰ ਤੀਸਰਾ ਕਾਲਜ ਦੀ ਜਿਹੜੀ ਇੰਟਰਨੈਸ਼ਨਲ ਟੀਮ ਹੈਗੀ ਆ ਇਹ ਤੁਹਾਨੂੰ ਜੌਬ ਲੱਭਣ ਦੇ ਵਿੱਚ ਹੈਲਪਫੁਲ ਹੈਲਪ ਕਰਦੀ ਆ ਔਰ ਇਹ ਸਾਰੇ ਪ੍ਰੋਗਰਾਮ ਜਿਹੜੇ ਹੈਗੇ ਨੇ ਉਹ ਤੁਹਾਡੀ ਸਟੱਡੀ ਦੇ ਨਾਲ ਲੀਡਿੰਗ ਟੂ ਇੰਟਰਨਸ਼ਿਪ ਵੀ ਹੈਗੀ ਆ ਯਾਨੀ ਕਿ ਜਿਹੜਾ ਕੋਰਸ ਤੁਸੀਂ ਕਰੋਗੇ ਉਹਦੇ ਵਿੱਚ ਕਾਲਜ ਦੀ ਟੀਮ ਤੁਹਾਨੂੰ ਹੈਲਪ ਕਰੇਗੀ ਤੁਹਾਨੂੰ ਇੰਟਰਨਸ਼ਿਪ ਲਗਵਾ ਕੇ ਦੇਗੀ ਔਰ ਉਸ ਇੰਟਰਨਸ਼ਿਪ ਜਿਸ ਵੀ ਕੰਪਨੀ ਦੇ ਵਿੱਚ ਤੁਹਾਡੀ ਲੱਗਦੀ ਆ ਜੇਕਰ ਤੁਹਾਡੀ ਪਰਫਾਰਮੈਂਸ ਵਧੀਆ ਹੁੰਦੀ ਤੇ ਮੋਸਟਲੀ ਬੱਚਿਆਂ ਦੀ ਉੱਥੇ ਪਰਮਾਨੈਂਟ ਜੌਬ ਪਲੇਸਮੈਂਟ ਵੀ ਹੋ ਜਾਂਦੀ ਹੈ ਤੀਸਰਾ ਕਿਊਬਿਕ ਦਾ ਬੈਨੀਫਿਟ ਕੀ ਹੈ ਕਿ ਪੀਐਨਪੀ ਕੈਟਾਗਰੀ ਦੇ ਵਿੱਚ ਇਹ ਚੀਜ਼ਾਂ ਜਿਹੜੇ ਪ੍ਰੋਗਰਾਮ ਨੇ ਆਉਂਦੇ ਹੈਗੇ ਔਰ ਤੁਹਾਡੀ 100% ਪੀਆਰ ਹੋਣੀ ਹੈ ਸੋ ਸਾਡੇ ਕੋਲ ਵੀਜ਼ਾ ਅਪਲਾਈ ਕਰਨ ਦਾ ਫਾਇਦਾ ਕੀ ਹੈ ਕਿ ਕਾਲਜ ਦੇ ਜਿਹੜੇ ਆਫਿਸ ਦੇ ਵਿੱਚ ਜਿਹੜਾ ਸਾਨੂੰ ਉਹਨਾਂ ਨੇ ਨਿਯੁਕਤ ਕੀਤਾ ਹੈਗਾ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਨੂੰ ਇੱਥੇ ਤੁਸੀਂ ਵਿਜ਼ਿਟ ਕਰੋ ਮੌਕੇ ਤੇ ਹੀ ਕੈਨੇਡਾ ਦੇ ਇਤਿਹਾਸ 'ਚ ਪਹਿਲੀ ਵਾਰ ਹੋਣ ਜਾ ਰਿਹਾ ਕਿ ਅੱਗੇ ਤੇ ਬੱਚੇ ਆਫਰ ਲੈਟਰਾਂ ਲਈ ਤਰਸਦੇ ਹੁੰਦੇ ਸੀ 2-2 ਮਹੀਨੇ ਆਫਰ ਲੈਟਰਾਂ ਨਹੀਂ ਸੀ ਮਿਲਦੀਆਂ ਬਟ ਤੁਸੀਂ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਦੇ ਅੰਮ੍ਰਿਤਸਰ ਤੇ ਜਲੰਧਰ ਆਫਿਸ ਦੇ ਵਿੱਚ ਵਿਜ਼ਿਟ ਕਰੋ ਆਪਣੇ ਅਕੈਡਮਿਕ ਡਾਕੂਮੈਂਟ ਲੈ ਕੇ ਆਓ ਕ੍ਰੈਡਿਟ ਕਾਰਡ ਨਾਲ ਲੈ ਕੇ ਆਓ ਆਪਣੀ ਫੀਸ ਪੇ ਕਰੋ ਮੌਕੇ ਤੇ ਹੀ ਤੁਸੀਂ LOA ਲੈ ਸਕਦੇ ਹੋ ਸੋ ਕੈਨੇਡਾ ਟਾਈਮ ਨੂੰ ਮੁੱਖ ਰੱਖਦੇ ਹੋਏ ਜੇਕਰ ਤੁਸੀਂ ਸਵੇਰੇ ਅਪਲਾਈ ਕਰਦੇ ਹੋ ਸਾਡੇ ਇੰਡੀਆ ਆਫਿਸ ਦੇ ਵਿੱਚ ਮਾਰਨਿੰਗ ਟਾਈਮ 9 ਵਜੇ ਤੇ ਤੁਹਾਨੂੰ ਈਵਨਿੰਗ 7 ਵਜੇ ਤੱਕ ਤੁਹਾਡੀ ਮੇਲ ਦੇ ਵਿੱਚ LOA ਜਿਹੜੀ ਆ ਇੱਕ ਦਿਨ ਦੇ ਅੰਦਰ ਅੰਦਰ ਕੈਨੇਡਾ ਤੋਂ ਮਿਲ ਕੇ ਆ ਜਾਏਗੀ ਸੋ ਇਹ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਣ ਜਾ ਰਿਹਾ ਕਿ ਕੋਈ ਵੀ ਕਾਲਜ ਮੌਕੇ ਤੇ ਹੀ ਤੁਹਾਨੂੰ ਲੈਟਰ ਆਫ ਅਸੈਪਟੈਂਸ ਦੇਵੇ ਕੈਨੇਡਾ ਦੇ ਵਿੱਚ ਕੈਨੇਡਾ ਕਾਲਜ ਪਹਿਲਾ ਇਹੋ ਜਿਹਾ ਕਾਲਜ ਹੈਗਾ ਦੂਸਰਾ ਤੁਹਾਡੇ ਮਨ ਦੇ ਵਿੱਚ ਇਹ ਖਿਆਲ ਆ ਰਿਹਾ ਹੋਵੇਗਾ ਕਿ ਇਹਦੀ ਫੀਸ ਕਿਉਂ ਇੰਨੀ ਘੱਟ ਹੈਗੀ ਆ ਸੋ ਇਹਦੇ ਬਾਰੇ ਜਿਹੜਾ ਤੁਹਾਨੂੰ ਵਿਸਤਾਰ 'ਚ ਮੈਂ ਦੱਸਣਾ ਚਾਹਾਂਗਾ ਕਿ ਫੀਸ ਅਸੀਂ ਇਸ ਲਈ ਘੱਟ ਰੱਖੀ ਹੈ ਕਿ ਬੱਚੇ ਸਿਰਫ ਪੜ੍ਹਾਈ ਦੇ ਉੱਤੇ ਹੀ ਫੋਕਸ ਕਰਨ ਨਾ ਕਿ ਜੌਬ ਦੇ ਵਿੱਚ ਫੋਕਸ ਨਾ ਕਰਨ ਕਾਰਨ ਕੀ ਹੈ ਕਿ ਤੁਸੀਂ ਮਹਿੰਗੇ ਕਾਲਜ ਦੇ ਵਿੱਚ ਮਹਿੰਗੀਆਂ ਫੀਸਾਂ ਭਰ ਕੇ ਜ਼ਰੂਰ ਤੁਸੀਂ ਚਲੇ ਜਾਂਦੇ ਹੋ ਉਸ ਤੋਂ ਬਾਅਦ ਤੁਹਾਡੇ 1 ਸਾਲ ਦੀ ਫੀਸ ਤੇ ਮਾਪੇ ਪੇ ਕਰ ਦਿੰਦੇ ਆ ਅਗਲੇ ਸਾਲ ਦੀ ਫੀਸ ਤੁਹਾਨੂੰ ਇਕੱਠੀ ਕਰਨ ਲਈ ਤੁਹਾਨੂੰ ਜੌਬਸ ਦੇ ਉੱਤੇ ਫੋਕਸ ਕਰਨਾ ਪੈਂਦਾ ਤੇ ਪੜ੍ਹਾਈ ਤੋਂ ਧਿਆਨ ਟੁੱਟ ਜਾਂਦਾ ਹੈ ਔਰ ਤੁਹਾਡੀਆਂ ਬਹੁਤ ਸਾਰੇ ਪੇਪਰਾਂ ਦੇ ਵਿੱਚੋਂ ਸਪਲੀ ਵੀ ਆ ਜਾਂਦੀਆਂ ਨੇ ਤੁਸੀਂ ਪੇਪਰ ਨਹੀਂ ਪਾਸ ਕਰ ਸਕਦੇ ਤੁਹਾਡਾ ਟਾਈਮ ਖਰਾਬ ਹੁੰਦਾ ਸੋ ਸਾਡੇ ਕਾਲਜ ਦੀ ਮੈਨੇਜਮੈਂਟ ਦੀ ਪਾਲਿਸੀ ਇਹ ਹੈਗੀ ਹੈ ਕਿ ਫੀਸ ਘੱਟ ਰੱਖੀਏ ਤਾਂ ਕਿ ਬੱਚੇ ਇੱਧਰ ਉੱਧਰ ਜੌਬ ਦੇ ਉੱਤੇ ਘੱਟ ਧਿਆਨ ਦੇਣ ਪੜ੍ਹਾਈ ਦੇ ਉੱਤੇ ਧਿਆਨ ਜ਼ਿਆਦਾ ਦੇਣ ਤਾਂ ਕਿ ਘੱਟ ਫੀਸ ਦੇ ਉੱਤੇ ਤੁਹਾਡੇ ਮਾਂ-ਬਾਪ ਨੂੰ ਵੀ ਟੈਨਸ਼ਨ ਨਹੀਂ ਹੋਏਗੀ ਔਰ ਤੁਸੀਂ ਈਜ਼ੀਲੀ ਸਟੱਡੀ ਕਰਕੇ ਉੱਥੇ ਜੌਬ ਆਪਣੀ ਜਿਹੜੀ ਹੈਗੀ ਆਫਟਰ ਸਟੱਡੀ ਜਿਹੜੀ ਹੈ ਜੌਬ ਤੁਸੀਂ ਲੱਭ ਲਓਗੇ ਦੂਸਰਾ ਕਾਲਜ ਦੀ ਟੀਮ ਦਾ ਮਾਹੌਲ ਤੁਹਾਨੂੰ ਇਸ ਤਰੀਕੇ ਦਾ ਮਿਲੇਗਾ ਜਿੱਦਾਂ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਰਹਿ ਰਹੇ ਹੋਵੋਗੇ ਸੋ ਕਾਲਜ ਦੀ ਮੈਨੇਜਮੈਂਟ ਇੰਨੀ ਕੁ ਜ਼ਿਆਦਾ ਕੋਆਪਰੇਟ ਤੁਹਾਨੂੰ ਕਰੇਗੀ ਤੁਹਾਨੂੰ ਜਾ ਕੇ ਪਤਾ ਹੀ ਨਹੀਂ ਚੱਲੇਗਾ ਕਿ ਤੁਸੀਂ ਆਪਣੇ ਘਰ ਆਪਣੇ ਪਰਿਵਾਰ ਦੇ ਵਿੱਚ ਜੀ ਜਾਂ ਤੁਸੀਂ ਕੋਈ ਵਿਦੇਸ਼ੀ ਧਰਤੀ ਦੇ ਉੱਤੇ ਆਏ ਇੰਨਾ ਪਿਆਰ ਔਰ ਇੰਨਾ ਮਾਣ ਤੁਹਾਨੂੰ ਉੱਥੇ ਜਾ ਕੇ ਮਿਲੇਗਾ ਸੋ ਕੋਰਸ ਕਿਸੇ ਵੀ ਤਰ੍ਹਾਂ ਦਾ ਚਾਹੀਦਾ ਹਰ ਤਰ੍ਹਾਂ ਦੇ ਪ੍ਰੋਗਰਾਮ ਅਵੇਲੇਬਲ ਨੇ ਮੌਕੇ ਤੇ ਹੀ LOA ਲੈ ਕੇ ਤੁਸੀਂ ਹੁਣ ਮਾਰਚ ਇਨਟੇਕ ਲਈ ਅਸੀਂ LOA ਇਸ਼ੂ ਕਰ ਰਹੇ ਹੈਗੇ ਹਾਂ ਸੋ ਜਿਹੜੇ ਵਿਦਿਆਰਥੀਆਂ ਨੇ ਪਲੱਸ ਟੂ ਕੀਤੀ ਆਇਲਸ ਦੇ ਵਿੱਚੋਂ 6 ਬੈਂਡ ਨੇ ਕਿਸੇ ਇੱਕ ਮੋਡਿਊਲ 'ਚੋਂ 5.5 ਬੈਂਡ ਨੇ ਤੁਸੀਂ ਮੌਕੇ ਤੇ ਹੀ ਆ ਕੇ ਸਾਡੇ ਕੋਲ
LOA ਲੈ ਸਕਦੇ ਹੋ ਦੂਸਰਾ ਇੱਕ ਹੋਰ ਇੰਪੋਰਟੈਂਟ ਮੈਸੇਜ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਕਾਲਜ ਦੀ ਮੈਨੇਜਮੈਂਟ ਵੱਲੋਂ ਸੋ ਅਸੀਂ ਇੱਕ ਜਿਹੜੀ ਹੈਗੀ ਆ ਪ੍ਰਪੋਜ਼ਲ ਅਨਾਉਂਸਮੈਂਟ ਕਰਨਾ ਚਾਹੁੰਦਾ ਕਾਲਜ ਵੱਲੋਂ ਕਿ ਜਿਹੜੇ ਵਿਦਿਆਰਥੀ ਇੰਟੈਲੀਜੈਂਟ ਨੇ ਜਿਨ੍ਹਾਂ ਦੇ ਆਇਲਸ ਦੇ ਵਿੱਚੋਂ 6 ਈਚ ਬੈਂਡ ਨੇ ਅਕੈਡਮਿਕ ਸਕੋਰ ਵਧੀਆ ਨੇ ਉਹਨਾਂ ਦੇ ਮਾਤਾ ਪਿਤਾ ਗਰੀਬ ਨੇ ਆਪਣੇ ਬੱਚਿਆਂ ਨੂੰ ਪੜ੍ਹਾ ਨਹੀਂ ਸਕਦੇ ਇਹੋ ਜਿਹੇ ਬੱਚਿਆਂ ਨੂੰ ਕਾਲਜ ਵੱਲੋਂ 100% ਸਕਾਲਰਸ਼ਿਪ ਦੇ ਕੇ ਉਹਨਾਂ ਨੂੰ ਕੈਨੇਡਾ ਵਿੱਚ ਲਿਜਾਇਆ ਜਾਏਗਾ ਅਤੇ ਉਹਨਾਂ ਦੀ ਫੀਸ ਕਾਲਜ ਦੀ ਮੈਨੇਜਮੈਂਟ ਖੁਦ ਪੇ ਕਰੇਗਾ ਸੋ ਇਹ ਮੈਂ ਸਮਝਦਾ ਕਿ ਇੱਕ ਤਰ੍ਹਾਂ ਦੀ ਜਿੱਥੇ ਕਾਲਜ ਆਪਣਾ ਬਿਜ਼ਨਸ ਵੀ ਕਰ ਰਿਹਾ ਅਤੇ ਇੱਕ ਸੋਸ਼ਲ ਐਕਟੀਵਿਟੀਜ਼ ਵੀ ਕਰ ਰਿਹਾ ਹੈਗਾ ਕਿ ਉਹਨਾਂ ਨੇ ਕਿਸੇ ਕੈਨੇਡਾ ਦੇ ਵਿੱਚ ਇਹ ਪਹਿਲਾ ਕਾਲਜ ਹੋਏਗਾ ਜਿਹਨੇ ਇਤਿਹਾਸ 'ਚ ਪਹਿਲੀ ਵਾਰ ਐਡੀ ਵੱਡੀ ਅਨਾਊਂਸਮੈਂਟ ਕੀਤੀ ਹੋਏਗੀ ਕਿ ਗਰੀਬ ਬੱਚਿਆਂ ਨੂੰ ਫ੍ਰੀ ਪੜ੍ਹਾਉਣਾ ਅੱਜ ਦੀ ਡੇਟ ਦੇ ਵਿੱਚ ਕੈਨੇਡਾ ਦੇ ਵਿੱਚ ਕੋਈ ਵੀ ਕਾਲਜ ਹੈਗਾ ਉਹ ਗਰੀਬ ਬੱਚਿਆਂ ਵੱਲ ਧਿਆਨ ਨਹੀਂ ਦੇ ਰਿਹਾ ਹਰ ਕੋਈ ਪੈਸੇ ਇਕੱਠੇ ਕਰਨ ਦੇ ਉੱਤੇ ਲੱਗਾ ਹੈਗਾ ਸੋ ਕੈਨੇਡਾ ਕਾਲਜ ਦੀ ਮੈਂ ਗੱਲ ਕਰਾਂ ਤਾਂ ਉਹਨਾਂ ਨੇ ਗਰੀਬ ਬੱਚਿਆਂ ਦੀ ਵੀ ਬਾਂਹ ਫੜਨ ਦੀ ਕੋਸ਼ਿਸ਼ ਕੀਤੀ ਹੈਗੀ ਆ ਸੋ ਜਿਹੜੇ ਵੀ ਗਰੀਬ ਮਾਂ ਬਾਪ ਨੇ ਜਿਨ੍ਹਾਂ ਦੀ ਫਾਈਨੈਂਸ਼ਲੀ ਕਮਜ਼ੋਰ ਨੇ ਉਹ ਵੀ ਵਿਦਿਆਰਥੀ ਸਾਡੇ ਕੋਲ ਆ ਕੇ ਅਪਲਾਈ ਕਰ ਸਕਦੇ ਅਸੀਂ ਉਹਨਾਂ ਦਾ ਕੇਸ ਜਿਹੜਾ ਮੈਨੇਜਮੈਂਟ ਕੋਲ ਭੇਜਾਂਗੇ ਔਰ ਉਹਨਾਂ ਦੀ ਅਪਰੂਵਲ ਆ ਜਾਂਦੀ ਹੈ ਅਤੇ ਉਹਨਾਂ ਨੂੰ 100% ਫ੍ਰੀ ਪੜ੍ਹਾਇਆ ਜਾਏਗਾ ਯਾਨੀ ਕਿ ਤੁਹਾਡੀ ਸਟੱਡੀ 2 ਸਾਲ ਤੱਕ ਫ੍ਰੀ ਹੋਏਗੀ ਕੈਨੇਡਾ ਕਾਲਜ ਦੇ ਵਿੱਚ 12ਵੀਂ ਪਾਸ ਕੀਤੀ ਹੈ 2017-18-19 ਦੇ ਵਿੱਚ ਤੁਸੀਂ 6 ਬੈਂਡ ਤੁਹਾਡੇ ਕੋਲ ਵਾਸਤੇ ਹੈਗੇ ਆ ਤੁਸੀਂ ਕੈਨੇਡਾ ਦੇ ਕਾਲਜਾਂ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਕਿਊਬਿਕ ਅਤੇ ਕੈਨੇਡਾ ਕਾਲਜ ਐਡਮਿਸ਼ਨ ਲੈ ਸਕਦੇ ਹੋ ਜਿੱਦਾਂ ਕੈਂਪਸ ਡਾਊਨਟਾਊਨ ਦੇ ਵਿੱਚ ਹੈ ਔਰ ਸਕਾਲਰਸ਼ਿਪ ਮਿਲੇਗੀ ਜੇਕਰ ਤੁਸੀਂ ਚੰਗੇ ਪੜ੍ਹੇ ਲਿਖੇ ਹੋ ਤੁਹਾਡੇ ਚੰਗੇ ਨੰਬਰ ਅਕੈਡਮਿਕ ਚੰਗੇ ਤੁਹਾਡੇ ਆਲਸ ਸਕੋਰ ਚੰਗਾ ਜੇਕਰ ਫਾਈਨੈਂਸ਼ਲੀ ਵੀਕ ਹੋ ਪਰ ਅਕੈਡਮਿਕਲੀ ਸਟਰੋਂਗ ਹੋ ਤਾਂ 100% ਤੱਕ ਦੀ ਸਕਾਲਰਸ਼ਿਪ ਵੀ ਮਿਲ ਸਕਦੀ ਹੈ ਸੋ 100% ਸਕਾਲਰਸ਼ਿਪ ਤਾਂ ਮਤਲਬ 2 ਕੱਢੇ ਜਾ ਸਕਦੇ ਇੱਥੇ ਬਹੁਤ ਸਾਰੇ ਕੰਸਲਟੈਂਟਾਂ ਕਹਿੰਦੇ ਨੇ ਕਿ ਜੇਕਰ ਤੁਹਾਡੇ ਚੰਗੇ ਨੰਬਰ ਆ ਤੁਹਾਨੂੰ 100% ਸਕਾਲਰਸ਼ਿਪ ਮਿਲੂਗੀ ਸੋ ਬੱਚੇ ਦਫ਼ਤਰਾਂ 'ਚ ਜਾਂਦੇ ਨੇ ਅਤੇ 100% ਸਕਾਲਰਸ਼ਿਪ ਦੀ ਗੱਲ ਨੂੰ ਇੱਦਾਂ ਘੁਮਾ ਦਿੱਤਾ ਜਾਂਦਾ ਹੈ ਕਿ ਅਸੀਂ ਤਾਂ TV 'ਤੇ ਇਹ ਬੋਲੇ ਸੀ ਕਿ 100% ਸਕਾਲਰਸ਼ਿਪ ਮਿਲੇਗੀ ਹਾਂ ਤੁਹਾਨੂੰ ਸਕਾਲਰਸ਼ਿਪ ਮਿਲ ਜੂਗੀ ਤੁਹਾਡੀ ਫੀਸ ਦੇ ਵਿੱਚੋਂ ਸਿਰਫ 5% ਜਾਂ 10% ਜਦੋਂ ਬੱਚੇ ਦੇ ਮਾਂ ਪਿਓ ਬੱਚਾ ਕਹਿੰਦਾ ਤੁਸੀਂ ਤਾਂ 100% ਦੀ ਗੱਲ ਕੀਤੀ ਸੀ ਤਾਂ ਜਵਾਬ ਮਿਲਦਾ ਕਿ ਅਸੀਂ ਇਹ ਗੱਲ ਕਹੀ ਸੀ ਉਹਦੇ TV 'ਤੇ ਬੈਠ ਕੇ ਕਿ ਤੁਹਾਨੂੰ 100% ਸਕਾਲਰਸ਼ਿਪ ਦਵਾਵਾਂਗੇ ਅਤੇ ਅਸੀਂ ਤੁਹਾਨੂੰ ਸਕਾਲਰਸ਼ਿਪ ਦਵਾ ਰਹੇ ਹਾਂ 5% ਸਕਾਲਰਸ਼ਿਪ ਤੁਹਾਨੂੰ ਮਿਲ ਗਈ ਪਰ ਇੱਥੇ ਕੈਨੇਡਾ ਕਾਲਜ ਇਹ ਕਹਿ ਰਿਹਾ ਕਿ ਜੇਕਰ ਤੁਸੀਂ ਫਾਈਨੈਂਸ਼ੀਅਲੀ ਵੀਕ ਹੋ ਤੁਸੀਂ 100% ਸਕਾਲਰਸ਼ਿਪ ਫੀਸ ਦੇ ਵਿੱਚੋਂ ਲੈ ਸਕਦੇ ਹੋ ਭਾਵ ਜਿੰਨੀ ਤੁਹਾਡੀ ਕਾਲਜ ਦੀ ਫੀਸ ਆ ਸਾਲ ਦੀ ਜੇ ਲੈ ਕੇ ਚੱਲਦੇ ਹਾਂ ਕਿ ਆਪਾਂ 4.5 ਲੱਖ ਰੁਪਇਆ ਸਾਲ ਦੀ ਫੀਸ ਆ ਤਾਂ 4.5 ਦਾ 4.5 ਲੱਖ ਹੀ ਤੁਹਾਨੂੰ ਸਕਾਲਰਸ਼ਿਪ ਮਿਲੇਗੀ ਤੁਹਾਨੂੰ ਇੱਕ ਵੀ ਪੈਸਾ ਐਡਵਾਂਸ ਦੇਣ ਦੀ ਲੋੜ ਨਹੀਂ ਇੱਥੇ ਕੰਪਨੀ ਫੀਸ ਐਡਵਾਂਸ ਦੇਣ ਤੋਂ ਮਨਾ ਕਰਦੇ ਨੇ ਕਿ ਅਸੀਂ ਕੰਪਨੀ ਫੀਸ ਐਡਵਾਂਸ ਨਹੀਂ ਦੇਣੀ ਕੰਸਲਟੈਂਟ ਕਹਿੰਦੇ ਠੀਕ ਹੈ ਜੀ ਨਾ ਸਾਡੀ ਕੰਪਨੀ ਫੀਸ ਐਡਵਾਂਸ ਦੇ ਵਿੱਚ ਨਾ ਸਾਡੀ ਕੰਪਨੀ ਫੀਸ ਵੀਜ਼ੇ ਤੋਂ ਬਾਅਦ ਇੱਥੇ ਕਾਲਜ ਤੁਹਾਨੂੰ ਇੱਡੀ ਵੱਡੀ ਆਪਸ਼ਨ ਦੇ ਰਿਹਾ ਕਿ ਨਾ ਕਾਲਜ ਦੀ ਫੀਸ ਵੀ ਤੁਸੀਂ ਦੇਣੀ ਨਾ ਕੋਈ ਕੰਪਨੀ ਫੀਸ ਦੇਣੀ ਹੈ ਨਾ ਤੁਸੀਂ ਕੋਈ ਕਾਲਜ ਦੀ ਫੀਸ ਦੇਣੀ ਹੈ ਤੁਸੀਂ ਫ੍ਰੀ ਵਿੱਚ ਕੈਨੇਡਾ ਪੜ੍ਹ ਸਕਦੇ ਹੋ ਫ੍ਰੀ ਮਤਲਬ ਫ੍ਰੀ 'ਚ ਕੈਨੇਡਾ ਪੜ੍ਹ ਸਕਦੇ ਹੋ ਪਰ ਤੁਹਾਡਾ ਕੇਸ ਪਹਿਲਾਂ ਮੈਨੇਜਮੈਂਟ ਕੋਲ ਜਾਏਗਾ ਉੱਥੋਂ ਅਪਰੂਵ ਹੋ ਕੇ ਆਏਗਾ ਉਹਨਾਂ ਲੱਗੇ ਕਿ ਤੁਸੀਂ ਵਾਕਈ ਫਾਈਨੈਂਸ਼ਲੀ ਵੀਕ ਹੋ ਅਤੇ ਤੁਹਾਡੇ ਕੋਲ ਕਿਸੇ ਤਰ੍ਹਾਂ ਦੀ ਫੀਸ ਚਾਰਜ ਨਹੀਂ ਕੀਤੀ ਜਾਵੇਗੀ ਜੇਕਰ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ ਜ਼ਿਆਦਾ ਜਾਣਕਾਰੀ ਲਈ ਤੁਸੀਂ ਜਿਹੜਾ ਕੈਨੇਡਾ ਕਾਲਜ ਦਾ ਰੀਪ੍ਰਜੈਂਟੇਟਿਵ ਆਫਿਸ ਆ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ 9713911 9713411 ਨੰਬਰ 'ਤੇ ਸੋ ਜੇ ਪੀ ਸਿੰਘ ਜੀ ਤੁਸੀਂ ਜਿਹਾ ਕਿਹਾ ਕਿ ਇਹਦੀ 9 ਲੱਖ ਰੁਪਏ ਫੀਸ ਬਣਦੀ ਹੈ 2 ਸਾਲਾਂ ਦੀ ਬਾਕੀ ਕੈਨੇਡਾ ਦੇ ਵਿੱਚ ਕੋਈ ਵੀ ਕਾਲਜ ਆ ਉਹਨਾਂ ਦੀ 9-10 ਲੱਖ ਰੁਪਏ ਫੀਸ ਬਣਦੀ ਹੈ ਸਾਲ ਦੀ ਯਾਨੀ ਅੱਧੋ ਅੱਧ 50% ਫੀਸ ਦਾ ਫਰਕ ਆ ਸੋ ਕਿਤੇ ਇਹਦਾ ਨਹੀਂ ਕਿ ਇਹਦਾ ਇਨਫਰਾਸਟ੍ਰਕਚਰ ਛੋਟਾ ਹੋਊਗਾ ਟੀਚਰ ਚੰਗੇ ਨਹੀਂ ਆ ਤਾਂ ਫੀਸਾਂ ਘੱਟ ਰੱਖੀਆਂ ਜਾਂ ਇੱਥੇ ਬੱਚਾ ਨੂੰ ਜਾਂਦਾ ਨਹੀਂ ਹੈ ਨਹੀਂ ਸੋ ਇਸ ਵੇਲੇ ਸਾਡੇ ਕਾਲਜ ਦੀ ਗੱਲ ਕਰਾਂ ਤਾਂ ਕੈਨੇਡਾ ਕਾਲਜ ਦੇ ਵਿੱਚ 140 ਦੇਸ਼ਾਂ ਤੋਂ 2600 ਸਟੂਡੈਂਟ ਇਹ 2600 ਸਟੂਡੈਂਟ ਜਿਹੜੇ ਉੱਥੇ ਪੜ੍ਹ ਰਹੇ ਨੇ ਔਰ ਮੈਂ ਰਿਕੁਐਸਟ ਕਰਾਂਗਾ ਮਨੀਸ਼ ਜੀ ਕਿ ਇਸ ਸ਼ੋਅ ਦੇ ਦਰਮਿਆਨ ਤੁਸੀਂ ਕਾਲਜ ਜਿਹੜਾ ਸਾਡਾ ਕਾਲਜ ਹੈਗਾ ਕੈਨੇਡਾ ਕਾਲਜ ਉਹਦਾ ਇਨਫਰਾਸਟ੍ਰਕਚਰ ਔਰ ਉਹਦੀ ਬਿਲਡਿੰਗ ਸਾਰੀ ਇਸ ਸ਼ੋਅ ਦੇ ਦਰਮਿਆਨ ਦਿਖਾਓ ਤਾਂ ਕਿ ਜਿਹੜੇ ਦਰਸ਼ਕਾਂ ਨੇ ਆਪਣੇ ਬੱਚਿਆਂ ਨੂੰ ਜਾਂ ਜਿਹੜੇ ਵੀ ਸਟੂਡੈਂਟ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ ਉਹਨਾਂ ਨੇ ਉੱਥੇ ਜਾਣਾ ਹੈਗਾ ਸੋ ਉਹ ਪਹਿਲਾਂ ਸਾਡਾ ਕਾਲਜ ਦੇਖਣ ਔਰ ਤੁਹਾਨੂੰ ਜੇ ਕਾਲਜ ਚੰਗਾ ਲੱਗਦਾ ਉਹਦੇ ਤੁਸੀਂ ਰਿਵਿਊ ਪੜ੍ਹੋ ਔਰ ਜਿਹੜੇ ਬੱਚੇ ਉੱਥੇ ਪੜ੍ਹ ਰਹੇ ਨੇ ਅਸੀਂ ਉਹਨਾਂ ਦੀ ਇੰਟਰਵਿਊ ਵੀ ਦਿਖਾਵਾਂਗੇ ਜਿਨ੍ਹਾਂ ਦੇ ਵੀਜ਼ੇ ਲੱਗੇ ਆ ਸੋ ਮੈਂ ਰਿਕੁਐਸਟ ਕਰਾਂਗਾ ਉਹਨਾਂ ਨੂੰ ਵੀ ਤੁਸੀਂ ਜ਼ਰੂਰ ਦਿਖਾਇਓ ਕਾਲਜ 'ਤੇ ਨਜ਼ਰ ਹੀ ਮਾਰ ਲਈਏ ਉਸ ਤੋਂ ਬਾਅਦ ਕਾਲਜ ਨੂੰ ਲੈ ਕੇ ਹੋਰ ਸਵਾਲਾਂ ਤਾਂ ਪੁੱਛਾਂਗੇ ਸੋ ਇੱਕ ਵਾਰ ਉਸ ਕਾਲਜ 'ਤੇ ਨਜ਼ਰ ਮਾਰ ਲਈਏ ਝਾਤ ਮਾਰ ਲਈਏ ਕਾਲਜ ਦੀ ਲੋਕੇਸ਼ਨ ਕੀ ਹੈ ਇਨਫਰਾਸਟ੍ਰਕਚਰ ਕੀ ਹੈ ਕਿਸ ਤਰ੍ਹਾਂ ਦਾ ਕਾਲਜ ਹੈ
ਕੋਈ ਕਾਲਜ ਦੀ ਫੀਸ ਦੇਣ ਦੀ ਲੋੜ ਵੀ ਨਹੀਂ ਹੈ, ਤੁਸੀਂ ਫ੍ਰੀ ਵਿੱਚ ਕੈਨੇਡਾ ਪੜ੍ਹਨ ਜਾ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਜਿਹੜਾ ਰੀਪ੍ਰਜੈਂਟੇਟਿਵ ਆਫਿਸ ਹੈ ਕੈਨੇਡਾ ਦਾ ਕਾਲਜ ਦਾ, ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਉਹਨਾਂ ਨੂੰ ਮਿਲ ਸਕਦੀ ਹੋ 9172311 11 9172411 11 ਨੰਬਰ 'ਤੇ ਸੰਪਰਕ ਕਰਕੇ। ਇਸ ਕਾਲਜ ਦੇ ਵਿੱਚ ਨੋਨ ਮੈਡੀਕਲ ਵਾਲੇ ਬੱਚਿਆਂ ਦੀ ਕੋਰਸਿਸ ਆ, ਮੈਡੀਕਲ ਵਾਲੇ ਬੱਚਿਆਂ ਦੀ ਕੋਰਸਿਸ ਆ, ਕਾਮਰਸ ਵਾਲੇ ਬੱਚਿਆਂ ਦੀ ਵੀ ਢੇਰ ਸਾਰੇ ਆਪਸ਼ਨਸ ਨੇ। ਸ਼ਰਤ ਇੱਕ ਹੀ ਹੈ, ਓਵਰਆਲ 6 ਬੈਂਡ ਕਿਸੇ ਇੱਕ ਮੋਡਿਊਲ 'ਚੋਂ 5.5 ਬੈਂਡ ਤੁਹਾਡੇ ਹੋਣੇ ਚਾਹੀਦੇ। ਸੋ ਜੇ ਪੀ ਸਿੰਘ ਜੀ, ਇਸ ਕਾਲਜ ਦੇ ਕੋਰਸਿਸ 'ਤੇ, ਇਨਫਰਾਸਟਰਕਚਰ 'ਤੇ ਜਾਂ ਕੋਈ ਹੋਰ ਮੈਨੇਜਮੈਂਟ ਵੱਲੋਂ ਜਿਹੜੇ ਅਧੀਨ ਜਾਰੀ ਕੀਤੇ ਆ ਉਹਦੇ 'ਤੇ ਕੁਝ ਹੱਥ ਮਾਰਨੀ ਚਾਹੋ? ਸੋ ਮੇਨ ਦੇਖੋ, ਇਹ ਕਾਲਜ ਜਿਹੜਾ ਹੈਗਾ ਵਾ 44 ਸਾਲ ਪੁਰਾਣਾ। ਇਹ ਨਹੀਂ ਕਿ ਅੱਜ ਨਵਾਂ ਕਾਲਜ ਕੋਈ ਬਣ ਕੇ ਮਾਰਕੀਟ 'ਚ ਆਇਆ, 44 ਸਾਲ ਪੁਰਾਣਾ। ਅਤੇ ਮੈਂ ਆਪਣੇ ਤਜਰਬੇ ਦੀ ਗੱਲ ਕਰਾਂ ਤਾਂ ਕਾਲਜ ਦੇ ਵਿੱਚ 150 ਤੋਂ ਵੀ ਜ਼ਿਆਦਾ ਸਟੂਡੈਂਟ ਇਸ ਕਾਲਜ ਦੇ ਵਿੱਚ ਭੇਜ ਚੁੱਕਾ, ਔਰ ਸਾਰੇ ਦੇ ਸਾਰੇ ਸਟੂਡੈਂਟ ਜਿਹੜੇ ਆ ਖੁਸ਼ ਆ। ਕਿਸੇ ਵੀ ਬੱਚੇ ਦਾ ਕੋਈ ਨੈਗੇਟਿਵ ਫੀਡਬੈਕ, ਬੱਚਾ ਇੱਥੋਂ ਪੜ੍ਹਾਈ ਪੂਰੀ ਕਰ ਲੈਂਦਾ ਹੈ। ਦੋ ਸਵਾਲ, ਇੱਕ ਤਾਂ ਕਿ ਬੱਚਾ ਪੜ੍ਹਾਈ ਦੇ ਨਾਲ 20 ਘੰਟੇ ਕੰਮ ਕਰ ਸਕਦਾ, ਦੂਸਰਾ ਸਵਾਲ ਪੜ੍ਹਾਈ ਕਰਨ ਤੋਂ ਬਾਅਦ ਜੋ ਬੱਚੇ ਨੂੰ 2 ਸਾਲ ਦੀ ਪੜ੍ਹਾਈ ਤੋਂ ਬਾਅਦ 3 ਸਾਲ ਦੇ ਪੋਸਟ ਸਟੱਡੀ ਵਰਕ ਕ੍ਰੈਡਿਟਸ ਮਿਲਦੇ ਆ, ਕੀ ਉਹ ਪੋਸਟ ਸਟੱਡੀ ਵਰਕ ਕ੍ਰੈਡਿਟਸ ਮਿਲਣ ਕਿਤੇ ਡੈਫੀਨੇਟ ਜਾਵੇ ਤਾਂ ਬੱਚੇ ਨੂੰ ਸੰਭਾਵਨਾ ਮਿਲੇ? ਨਹੀਂ, ਸਾਡੇ ਜਿੰਨੇ ਵੀ ਬੱਚੇ ਅਸੀਂ ਅੱਜ ਤੱਕਰ ਭੇਜੇ ਨੇ ਉਹਨਾਂ ਨੂੰ ਸਟੱਡੀ ਦੇ ਨਾਲ 20 ਘੰਟੇ ਕੰਮ ਕਰਨ ਦੀ ਪਰਮਿਸ਼ਨ, ਔਰ ਸਟੱਡੀ ਤੋਂ ਬਾਅਦ 3 ਸਾਲ ਦਾ ਪੋਸਟ ਸਟੱਡੀ ਵਰਕ ਪਰਮਿਟ। ਸੋ ਮਨੀਸ਼ ਜੀ, ਟੈਕਨੋਲੋਜੀ ਇੰਨੀ ਕੁ ਐਡਵਾਂਸ ਹੈ, ਸੋ ਇਹਨੂੰ ਚੈੱਕ ਕਰਨਾ ਬੜਾ ਈਜ਼ੀ। ਆਪਾਂ ਕੈਨੇਡਾ ਹਾਈ ਕਮਿਸ਼ਨ ਦੀ ਸਾਈਟ ਦੇ ਉੱਤੇ ਜਾਈਏ, ਉੱਥੇ ਕਾਲਜ ਦਾ DLI ਅਪਰੂਵ ਨੰਬਰ ਪਾਈਏ, ਔਰ ਉਹਦੇ 'ਤੇ ਓਪਨਲੀ ਆ ਜਾਂਦਾ ਹੈਗਾ ਕਿ ਹਾਂ ਇਸ ਕਾਲਜ ਨੂੰ ਵਰਕਿੰਗ ਰਾਈਟਸ ਅਪਰੂਵ ਨੇ। ਸੋ ਇਹ ਕੋਈ ਵੀ ਚੀਜ਼ ਹਿਡਨ ਨਹੀਂ ਹੈਗੀ। ਸੋ ਕਿਸੇ ਬੰਦੇ ਨੂੰ ਵੀ ਕਿਸੇ ਤਰ੍ਹਾਂ ਦਾ ਕੋਈ ਡਾਊਟ ਹੈਗਾ ਕਿ ਕਾਲਜ ਦੇ ਵਰਕਿੰਗ ਰਾਈਟਸ ਨਹੀਂ ਹੈਗੇ ਜਾਂ ਕਾਲਜ ਦੇ ਵਿੱਚ ਉਹਨਾਂ ਨੂੰ ਕੋਈ ਚੀਜ਼ ਨਹੀਂ ਪਤਾ ਚੱਲਦੀ, ਸੋ ਕਾਲਜ ਨੇ, ਕਿਉਂਕਿ ਪੰਜਾਬ ਦੇ ਵਿੱਚੋਂ ਬਹੁਤ ਸਾਰੀਆਂ ਕੁਐਰੀਜ਼ ਜਿਹੜੀਆਂ ਕਾਲਜ ਕੋਲ ਜਾ ਰਹੀਆਂ ਸੀ, ਔਰ ਟਾਈਮ ਦਾ ਡਿਫਰੈਂਸ ਹੋਣ ਕਰਕੇ ਉੱਥੋਂ ਦੀ ਟੀਮ ਜਿਹੜੀ ਹੈ ਸੋਲਵ ਨਹੀਂ ਕਰ ਪਾ ਸਕਦੀ। ਤੋ ਇਸੇ ਲਈ ਕਾਲਜ ਨੇ ਜਿਹੜਾ ਹੈਗਾ ਸਾਨੂੰ ਆਥੋਰਾਈਜ਼ ਕੀਤਾ ਹੈਗਾ। ਸੋ ਅਸੀਂ ਪੰਜਾਬ ਦੇ ਬੱਚਿਆਂ ਨੂੰ ਅਟੈਂਡ ਕਰੀਏ। ਸਾਡੇ ਕੋਲ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੈਨੇਡਾ ਕਾਲਜ ਦੇ ਸੰਬੰਧੀ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ, ਕੋਰਸ ਨੂੰ ਲੈ ਕੇ, ਆਫਰ ਲੈਟਰ ਨੂੰ ਲੈ ਕੇ, LOA ਨੂੰ ਲੈ ਕੇ, CAQ ਨੂੰ ਲੈ ਕੇ, ਹਰ ਤਰ੍ਹਾਂ ਦੀ ਕੁਐਰੀ ਲਈ ਤੁਸੀਂ ਸਾਡੇ ਆਫਿਸ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ। ਔਰ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਹ ਸਾਰੇ ਦੇ ਸਾਰੇ ਕੋਰਸ ਜਿਹੜੇ ਆ PR ਲਈ ਅਪਰੂਵਡ ਨੇ। ਤੁਹਾਨੂੰ ਕਿਤੇ ਵੀ ਇਹ ਡਰਨ ਦੀ ਜ਼ਰੂਰਤ ਨਹੀਂ ਹੈ ਕਿ ਇਹ ਸਟੱਡੀ ਕਰਨ ਤੋਂ ਬਾਅਦ ਤੁਹਾਨੂੰ ਹੋਰ ਕੋਈ ਸਟੱਡੀ ਕਰਨੀ ਪਏਗੀ, ਇਹ ਕੋਰਸ ਕਰਨ ਤੋਂ ਬਾਅਦ PR ਮਿਲਣੀ ਹੈ ਜਾਂ ਨਹੀਂ ਮਿਲਣੀ। ਕਾਲਜ ਉਹੀ ਪ੍ਰੋਗਰਾਮ ਰਨ ਕਰ ਰਿਹਾ ਹੈਗਾ ਜਿਹਦੇ ਵਿੱਚ ਤੁਹਾਨੂੰ PR 100% ਮਿਲਣ ਦੇ ਪੂਰੇ ਚਾਂਸਿਸ ਹੈਗੇ। ਤੀਸਰਾ, ਕਾਲਜ ਤੁਹਾਨੂੰ ਸਟੱਡੀ ਦੇ ਨਾਲ ਨਾਲ ਪ੍ਰੈਕਟੀਕਲ ਟ੍ਰੇਨਿੰਗ ਦਿੰਦਾ, ਤੁਹਾਨੂੰ ਕੰਮ ਕਰਨ ਦੀ ਆਦਤ ਪਾਉਂਦਾ ਹੈਗਾ। ਸੋ ਤੁਸੀਂ ਇੰਨਾ ਕੁ ਮਜ਼ਬੂਤ ਹੋ ਜਾਓਗੇ, ਇੰਨਾ ਕੁ ਪਰਫੈਕਟ ਹੋ ਜਾਓਗੇ, ਤੁਹਾਨੂੰ ਜੋਬ ਲੱਭਣ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਡਿਫੀਕਲਟੀ ਨਹੀਂ ਹੋਣੀ। ਸੋ ਮੈਂ ਇੱਕ ਵਾਰ ਫਿਰ ਤੁਹਾਨੂੰ ਇਹ ਮੈਸੇਜ ਦੇਣਾ ਚਾਹਾਂਗਾ ਕਿ ਕੈਨੇਡਾ ਦੇ ਇਤਿਹਾਸ 'ਚ ਪਹਿਲੀ ਵਾਰ ਹੋਣ ਜਾ ਰਿਹਾ ਕਿ ਕਿਸੇ ਕਾਲਜ ਵੱਲੋਂ ਮੌਕੇ 'ਤੇ ਹੀ ਲੈਟਰ ਆਫ ਅਸੈਪਟੈਂਸ ਦਿੱਤੀ ਜਾਵੇ। ਤੁਹਾਨੂੰ ਆਫਰ ਲੈਟਰ ਦਾ ਇੰਤਜ਼ਾਰ ਕਰਨ ਦੀ ਜ਼ਰੂਰਤ ਨਹੀਂ ਹੈ, ਸਿੱਧਾ ਸਾਡੇ ਆਫਿਸ ਦੇ ਵਿੱਚ ਆਓ ਅੰਮ੍ਰਿਤਸਰ ਅਤੇ ਜਲੰਧਰ, ਮੌਕੇ 'ਤੇ ਹੀ LOA ਲੈ ਕੇ ਜਾਓ, ਔਰ ਆਪਣਾ CAQ ਅਪਲਾਈ ਕਰਕੇ 30 ਦਿਨਾਂ ਦੇ ਅੰਦਰ ਅੰਦਰ ਜਿਹੜਾ ਆਪਣਾ ਵੀਜ਼ਾ ਅਪਲਾਈ ਕਰੋ ਅਤੇ ਕੈਨੇਡਾ ਜਾਓ। ਦੂਸਰਾ ਖਾਸੀਅਤ, ਸਿਰਫ 4.5 ਲੱਖ ਰੁਪਏ 1 ਸਾਲ ਦੀ ਫੀਸ ਤੁਸੀਂ ਪੇ ਕਰਨੀ ਹੈ, ਔਰ ਇਸ ਤੋਂ ਸਸਤੀ ਫੀਸ ਵਾਲਾ ਕਾਲਜ ਤੁਹਾਨੂੰ ਪੂਰੇ ਕੈਨੇਡਾ 'ਚ ਕਿਤੇ ਨਹੀਂ ਮਿਲਣਾ। ਔਰ ਜਿਹੜੇ ਬੱਚਿਆਂ ਦੇ 6 ਈਚ ਬੈਂਡ ਨੇ ਉਹਨਾਂ ਨੂੰ $1000 ਤੋਂ ਲੈ ਕੇ $1500 ਤੱਕ ਦੀ ਸਕੋਲਰਸ਼ਿਪ ਦਿੱਤੀ ਜਾਏਗੀ, ਔਰ ਜਿਹੜੇ ਗਰੀਬ ਵਿਦਿਆਰਥੀ ਨੇ, ਅਕੈਡਮਿਕ ਸਟਰੋਂਗ ਨੇ, ਫਾਈਨੈਂਸ਼ਲੀ ਕਮਜ਼ੋਰ ਨੇ, ਉਹਨਾਂ ਨੂੰ 100% ਸਕੋਲਰਸ਼ਿਪ ਕਾਲਜ ਵੱਲੋਂ ਦਿੱਤੀ ਜਾਏਗੀ। ਤੀਸਰਾ ਬੈਨੀਫਿਟ ਕਿ ਨਾ ਫਾਈਲ ਲਾਉਣ ਦੇ ਕੋਈ ਚਾਰਜਸ ਦੇਣੇ ਪੈਣੇ, ਨਾ ਵੀਜ਼ੇ ਤੋਂ ਬਾਅਦ ਕੋਈ ਪੈਸੇ ਦੇਣੇ ਪੈਣੇ, ਸਿਰਫ ਕਾਲਜ ਦੀ ਫੀਸ ਪੇ ਕਰੋ ਅਤੇ ਆਪਣਾ ਕੈਨੇਡਾ ਦੇ ਵਿੱਚ ਪੜ੍ਹਾਈ ਕਰਨ ਜਾ ਕੇ ਆਪਣਾ ਲਾਈਫ ਤੁਸੀਂ ਸੈਟਲ ਕਰ ਸਕਦੇ ਹੋ। ਸੋ ਸਭ ਤੋਂ ਵੱਡਾ ਜਿਹੜਾ ਇਹ ਫਾਇਦਾ, ਕੋਈ ਫਾਈਲ ਚਾਰਜਸ ਨਹੀਂ ਆ, ਕੋਈ ਪੈਕੇਜ ਨਹੀਂ, ਕੁਛ ਨਹੀਂ ਆ, ਸਿਰਫ ਕਾਲਜ ਦੀ ਫੀਸ ਤੁਸੀਂ ਦੇਣੀ ਹੈ। ਔਰ ਆਖਿਰ 'ਤੇ ਇੱਕ ਹੋਰ ਚੀਜ਼ ਦੇਣਾ, ਮੈਸੇਜ ਦੇਣਾ ਚਾਹਾਂਗਾ ਕਿ ਬਹੁਤ ਸਾਰੇ ਬੱਚਿਆਂ ਦਾ ਕਈ ਵਾਰ ਜਿਹੜਾ ਹੈਗਾ ਵੀਜ਼ਾ ਰਿਫਿਊਜ਼ ਹੋ ਜਾਂਦਾ ਹੈ, ਕਾਲਜ ਤੋਂ ਫੀਸ ਵਾਪਸ ਆਉਣ ਲੱਗਿਆਂ 2-2, 3-3 ਮਹੀਨੇ ਲੱਗ ਜਾਂਦੇ ਆ। ਸੋ ਜੇਕਰ ਬਾਈ ਚਾਂਸ ਤੁਹਾਡਾ ਇਸ ਕਾਲਜ ਦੇ ਵਿੱਚ ਵੀਜ਼ਾ ਰਿਫਿਊਜ਼ ਹੁੰਦਾ, 7 ਦਿਨਾਂ ਦੇ ਵਿੱਚ ਇਹ ਕਾਲਜ ਰਿਫੰਡ ਦੇਣ ਦੀ ਗਰੰਟੀ ਹੈਗੀ, 7 ਦਿਨਾਂ 'ਚ ਤੁਹਾਡੇ ਸਾਰੇ ਪੈਸੇ ਤੁਹਾਡੇ ਅਕਾਊਂਟ 'ਚ ਵਾਪਸ ਆ ਜਾਣ। 9172411 11 ਨੰਬਰ 'ਤੇ ਸੰਪਰਕ ਕਰ ਸਕਦੇ ਹੋ। ਕੈਨੇਡਾ ਕਾਲਜ ਕਿਊਬਿਕ ਦੇ ਵਿੱਚ ਐਡਮਿਸ਼ਨ ਲੈਣਾ ਚਾਹੁੰਦੇ ਹੋ, ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਨੂੰ ਸੰਪਰਕ ਕਰ ਸਕਦੇ ਹੋ। ਜੀ ਕਿਸੇ ਜੀ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ, ਧੰਨਵਾਦ। ਸੋ ਹਰਿੰਦਰ ਕੌਰ ਵੀ ਗੁਰਦਾਸਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਨੇ, ਔਰ ਇਹਨਾਂ ਦਾ ਵੀ ਕੈਨੇਡਾ ਦਾ ਵੀਜ਼ਾ ਅਪਰੂਵ ਹੋਇਆ। ਸੋ ਹਰਿੰਦਰ ਜੀ, ਇਹ ਪੈਕਟ ਜਿਹੜਾ ਮੈਂ ਚਾਹਾਂਗਾ ਤੁਸੀਂ ਖੋਲੋ। ਸੋ ਹਰਿੰਦਰ ਕੌਰ ਦਾ ਵੀ ਵੀਜ਼ਾ ਜਿਹੜਾ ਹੈਗਾ ਉਹ ਅਪਰੂਵ ਹੋ ਗਿਆ। ਕੰਗ੍ਰੈਜੂਲੇਸ਼ਨ।
थैंक यू सो मच सर। हरिंदर कौर की एजुकेशन की गल करिए तो हरिंदर ने की क्वालिफिकेशन सी तुहाडी और स्टडी च किन्ना गैप सी और अपना एक्सपीरियंस जिहड़ा वो तुसी साडे दर्शकां नाल शेयर करो। समर 2014 में प्लस टू की 75% मार्क्स नाल दैन मेरा 5 ईयर्स का गैप सीगा स्टडी विच। फिर उस तो बाद अगे किस तरह कैम्ब्रिज इंटरनेशनल अकैडमी बारे तुहानू किद्दां पता चला और तुहानू लगदा सी कि इन्ने गैप के बावजूद भी तुहाडा वीज़ा आ जाएगा? सर डीडी पंजाबी ते शो देखा सीगा मम्मा ने ਸਰਦਾ ਅਤੇ ਉਦੋਂ ਮੰਮਾ ਨੂੰ ਲੱਗਿਆ ਕਿ ਬਹੁਤ ਵਧੀਆ ਸਰ ਗਾਈਡ ਕਰਦੇ ਜਿਵੇਂ ਸੁਣਦੇ ਹੁੰਦੇ ਸੀਗੇ ਇਹਨਾਂ ਨੂੰ ਕਿ ਵਧੀਆ ਏਜੰਟ ਆ ਅਤੇ ਅਸੀਂ ਦੈਨ ਜਦ ਮੇਰੀ ਆਈਐਲਸ ਕੰਪਲੀਟ ਹੋਈ ਸਰ ਤੋਂ ਵਿਜ਼ਿਟ ਕੀਤਾ ਇਹਨੇ ਗੱਲਾਂ ਸਹੀ ਲੱਗੀਆਂ ਸੱਚਾਈ ਲੱਗੀ ਦੈਨ ਅਸੀਂ ਤੁਹਾਨੂੰ ਲੱਗਦਾ ਸੀ ਕਿ ਇੰਨੇ ਗੈਪ ਨਾਲ ਵੀਜ਼ਾ ਆ ਜਾਏਗਾ? ਬਿਲਕੁਲ ਨਹੀਂ, ਬਹੁਤ ਡਰ ਸੀਗਾ ਕਿਉਂਕਿ 5 ਸਾਲ ਦਾ ਗੈਪ ਬਹੁਤ ਜ਼ਿਆਦਾ ਹੁੰਦਾ ਆ। ਆਈਐਲਸ ਦੇ ਵਿੱਚੋਂ ਕਿੰਨੇ ਬੈਂਡ ਸੀ ਤੁਹਾਡੇ? 6 ਸੀਟ ਸੀਗੇ ਮੇਰੇ। ਓਕੇ, ਤਾਂ ਅਸੀਂ ਚਾਹੁੰਦੇ ਕਿ ਤੁਸੀਂ ਆਪਣਾ ਜਿਹੜਾ ਪਾਸਪੋਰਟ ਆ ਸਾਡੇ ਦਰਸ਼ਕਾਂ ਨੂੰ ਦਿਖਾਓ। ਸੋ ਤੁਸੀਂ ਦੇਖ ਸਕਦੇ ਕਿ ਹਰਿੰਦਰ ਕੌਰ ਦਾ ਇੰਨੇ ਸਟੱਡੀ ਦੇ ਵਿੱਚ ਗੈਪ, ਲੰਬੇ ਗੈਪ ਤੋਂ ਬਾਅਦ ਵੀ ਉਹਦਾ ਵੀਜ਼ਾ ਜਿਹੜਾ ਉਹ ਅਪਰੂਵ ਹੋ ਗਿਆ। ਸੋ ਦੋਸਤੋ, ਗੈਪ ਜਿਹੜਾ ਉਹ ਮੈਟਰ ਨਹੀਂ ਕਰਦਾ ਹੈਗਾ, ਗੈਪ ਨੂੰ ਜਸਟੀਫਾਈ ਕਿੱਦਾਂ ਕਰਨਾ, ਫਾਈਲ ਕਿੱਦਾਂ ਰੈਡੀ ਕਰਨੀ, ਇਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਹੈਗੀਆਂ। ਸੋ ਹਰਿੰਦਰ ਕੌਰ ਵੀ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਸ਼ਹਿਰ ਦੀ ਰਹਿਣ ਵਾਲੀ ਹੈਗੀ ਹੈ। ਸੋ ਜਿਹੜੇ ਵੀ ਸਟੂਡੈਂਟ ਕੈਨੇਡਾ ਜਾਣਾ ਚਾਹੁੰਦੇ ਜਿਨ੍ਹਾਂ ਦੇ ਆਇਲਸ ਦੇ ਵਿੱਚ ਓਵਰਆਲ 6 ਬੈਂਡ ਹੈ, ਕਿਸੇ ਇੱਕ ਮੋਡਿਊਲ 'ਚੋਂ 5.5 ਬੈਂਡ ਨੇ, ਸੋ ਜੇਕਰ ਤੁਹਾਡੀ ਆਫਰ ਲੈਟਰ ਨਹੀਂ ਆ ਰਹੀ ਜਾਂ ਤੁਹਾਨੂੰ ਵੀਜ਼ਾ ਰਿਫਿਊਜ਼ਲ ਦਾ ਡਰ ਹੈ ਤਾਂ ਤੁਸੀਂ ਦੇਖ ਸਕਦੇ ਕਿ ਇਹ ਸਾਰੇ ਸਟੂਡੈਂਟ ਦੇ ਵੀ ਵੀਜ਼ੇ ਆਏ ਹੈਗੇ। ਸੋ ਲਾਸਟ 'ਤੇ ਹਰਿੰਦਰ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਸਟੂਡੈਂਟ ਕੈਨੇਡਾ ਜਾਣਾ ਚਾਹੁੰਦੇ? ਮੈਂ ਸਭ ਨੂੰ ਇਹੀ ਰਿਕੁਐਸਟ ਕਰਾਂਗੀ ਕਿ ਕੈਂਬਰਿਜ ਇੰਟਰਨੈਸ਼ਨਲ ਅਕੈਡਮੀ ਜ਼ਰੂਰ ਵਿਜ਼ਿਟ ਕਰਨ, ਬਹੁਤ ਵਧੀਆ ਗਾਈਡ ਕਰਦੇ ਆ, ਸਟਾਫ ਬਹੁਤ ਕੋਪਰੇਟਿਵ ਆ।